ਤੇ ਅੱਜ ਵੀ ਅਸੀਂ ਬੈਠੇ ਆਂ ਕ੍ਰਿਸ਼ਨ ਕੁਮਾਰ ਬਾਬਾ ਜੀ ਕੋਲੇ ਤੇ ਜਿਹੜੇ ਆਈ ਸਾਲ ਦੀ ਤਰ੍ਹਾਂ ਧੀਆ ਦਾ ਲੋਹੜੀ ਮੇਲਾ ਬੜੇ ਹੀ ਉਤਸ਼ਾਹ ਨਾਲ ਵੱਡੇ ਲੈਵਲ ਤੇ ਮਨਾਉਂਦੇ ਨੇ 150 ਬੀਟੀਆਂ ਦੇ ਨਾਲ ਲੋਹੜੀ ਮਨਾ ਕੇ ਇੱਕ ਮੈਸੇਜ ਦੇਣਾ ਚਾਹੁੰਦੇ ਆ ਕਿ ਆਓ ਮਿਲ ਕੇ ਬੀਤ ਕੇ ਦੀ ਲੋਹੜੀ ਬਣਾਈਗੇ ਅਸੀਂ ਇਹ ਪੁੱ ਲਗੇ ਆ ਗੁਰੂ ਨਾਨਕ ਦੇਵ ਜੀ ਨੇ ਤਾਂ ਇਹ ਵੀ ਕਿਹਾ ਸੀ ਉਸ ਨਾਰ ਨੂੰ ਇੰਨੀ ਮੱਤ ਦਾ ਦਿੱਤੀ ਸੀ ਜਿਹਨੇ ਕੰਨਿਆ ਜਾਈ ਸੀ ਕਹਿੰਦੇ ਸੀ ਉਹੀ ਨਾਰ ਸਲਖਣੀ ਜਿਸ ਕੰਨਿਆ ਜਾਈ ਦੇਖੋ ਇਹ ਸੇਵਾ ਜਿਹੜੀ ਆ ਜਿਵੇਂ ਤੁਹਾਨੂੰ ਪਤਾ ਬਈਸਵਰਗੀ ਜਗਦੇਵ ਸਿੰਘ ਜਸਵਾਲ ਸਾਹਿਬ ਦਾ ਇੱਕ ਸੋਚ ਸੀ ਅੱਜ ਤੋਂ ਤਕਰੀਬਨ 30 ਸਾਲ ਪਹਿਲਾਂ ਵੀ ਆਪਾਂ ਯਾਰ ਕੁੜੀਆਂ ਦੀ ਲੋਹੜੀ ਮਨਾਣੀ ਸ਼ੁਰੂ ਕਰੀਏ ਤਾਂ ਉਦੋਂ ਲੋਕ ਸਾਨੂੰ ਟੀਚਰਾਂ ਵੀ ਕਰਦੇ ਹੁੰਦੇ ਸੀ ਵੀ ਯਾਰ ਕਿਹੜੇ ਚੱਕਰ ਚ ਪੈ ਗਏ ਤੁਸੀਂ ਲੋਹੜੀ ਤਾਂ ਮੁੰਡਿਆਂ ਦੀ ਹੁੰਦੀ ਤੁਸੀਂ ਕੁੜੀਆਂ ਦੀ ਲੋਹੜੀ ਮਨਾਈ ਜਾਂਦੇ ਜੀ ਇਹ ਲੋੜੀ ਮੇਲੇ ਲਾਉਣ ਦਾ ਕੀ ਪ੍ਰਭਾਵ ਪਿਆ ਲੋਕਾਂ ਦੇ ਵਿੱਚ ਇਹਦਾ ਕੀ ਮੈਸੇਜ ਗਿਆ ਔਰ ਸਾਡਾ ਜਿਹੜਾ ਮੋਟਿਵ ਵੀ ਇਹੀ ਸੀਗਾ ਵੀ ਯਾਰ ਕਿਤੇ ਨਾ ਕਿਤੇ ਲੜਕੀਆਂ ਨੂੰ ਬੇਟੀਆਂ ਨੂੰ ਬਰਾਬਰਤਾ ਦੇ ਵਾਲੇ ਪਾਸੇ ਲੈ ਕੇ ਚੱਲੀਏ ਕੋਈ ਵਕਤ ਹੁੰਦਾ ਸੀਗਾ ਬੇਟੀਆਂ ਨੂੰ ਕੁੱਖਾਂ ਚੀ ਮਾਰ ਦਿੱਤਾ ਜਾਂਦਾ ਸੀ ਜੀ ਜੋ ਟੈਸਟ ਹੁੰਦੇ ਸੀ ਜਦੋਂ ਸੋ ਇਹ ਮੇਲੇ ਲਾਉਣ ਦੇ ਨਾਲ ਕਮ ਸੇ ਕਮ ਇੰਨਾ ਕੁ ਸਮਾਜ ਚ ਮੈਸੇਜ ਗਿਆ ਔਰ ਫਰਕ ਪਿਆ ਵੀ ਨਹੀਂ ਬਈ ਕੁੜੀਆਂ ਕਿਸੇ ਵੀ ਫੀਲਡ ਚ ਕਿਸੇ ਵੀ ਖੇਤਰ ਚ ਮੁੰਡਿਆਂ ਨਾਲੋਂ ਘੱਟ ਨਹੀਂ ਆ ਜੀ ਔਰ ਇਸ ਵਾਰੀ 28ਵਾਂ ਜਿਹੜਾ ਇਹ ਲੋਹੜੀ ਮੇਲਾ ਲੱਗ ਰਿਹਾ ਗੁਰੂ ਨਾਨਕ ਦੇਵ ਭਵਨ ਦੁਧਿਆਣੇ ਚ ਜੀ ਸੋ ਮੈਂ ਤੁਹਾਡੇ ਚੈਨਲ ਦੇ ਮਾਧਿਅਮ ਤੋਂ ਜਿੱਥੇ ਵੀ ਸਾਡੇ ਪੰਜਾਬੀ ਭਰਾ ਬੈਠੇ ਨੇ ਕਿਉਂਕਿ ਇਹ ਮੇਲਾ ਲਾਈਵ ਵੀ ਚੱਲਣਾ ਕੁੜੀਆਂ ਨੂੰ ਕਿਤੇ ਕਿਤੇ ਐਡਾ ਵੱਡਾ ਜਿਹੜਾ ਤੁਸੀਂ ਮਾਨ ਸਨਮਾਨ ਬਖਸ਼ਦੇ ਹੋ ਮੈਨੂੰ ਲੱਗਦਾ ਹੁਣ ਇਹ ਲੋਹੜੀ ਮੇਲਾ ਤੁਹਾਡੇ ਤੋਂ ਸੁੱਟ ਕੇ ਹੋਰ ਵੀ ਜਿਹੜੇ ਆ ਸੂਬਿਆਂ ਦੇ ਵਿੱਚ ਲੱਗਣ ਵੀ ਲੱਗੇ ਆ ਔਰ ਲੋਕ ਮਨਾ ਰਹੇ ਨੇ ਬੜੀ ਹਾਂ ਬੜਾ ਅੱਛਾ ਲੱਗਦਾ ਹੈ ਮੈਨੂੰ ਅੱਜ ਹੀ ਸਵੇਰ ਪਤਾ ਲੱਗਿਆ ਕਿ ਕੁਝ ਲੋਕ ਲੁਧਿਆਣੇ ਚ ਤਿਆਂ ਦੀ ਲੋਹੜੀ ਬਣਾ ਰਹੇ ਨੇ ਮੈਂ ਵਧਾਈ ਦਿੰਦਾ ਉਹਨਾਂ ਨੂੰ ਵੀ ਮੈਂ ਸਮਝਦਾ ਲੁਧਿਆਣੇ ਚ 20 ਫੰਕਸ਼ਨ ਹੋਣ 50 ਹੋਣ ਮੈਨੂੰ ਖੁਸ਼ੀ ਹੋਏਗੀ ਬੜਾ ਅੱਛਾ ਲੱਗੇਗਾ ਕਿਉਂਕਿ ਇਹ ਇੱਕ ਜੋਤ ਜਗਦੇਵ ਸਿੰਘ ਜਸਵਾਲ ਜੀ ਨੇ ਜਲਾਈ ਸੀ ਤੇ ਉਹ ਜੋਤ ਦੇ ਵਿੱਚ ਦੇਸੀ ਕੀ ਉਪਾਉਣਾ ਤੇਲ ਪਾਉਣਾ ਤੇ ਉਹ ਜੋਤ ਜਗਦੀ ਰਹੇ ਤੇ ਇੱਕ ਆ ਟੀਮ ਬੈਠੀ ਐ ਸਾਰੀ ਦੀ ਦੇਣ ਹੈ लवली ਜੀ ਮੈਂ ਸਮਝਦਾ ਜਿਨ੍ਹਾਂ ਨੇ ਜਸਵਰ ਸਾਹਿਬ ਦਾ ਵੀ ਸਾਥ ਦਿੱਤਾ ਜੀ ਪ੍ਰੋਫੈਸਰ ਮੋਹਨ ਸਿੰਘ ਮੇਲੇ ਦੇ ਵੀ ਪ੍ਰਧਾਨ ਨੇ ਤੇ ਮਾਲਵਾ ਸਭਿਆਚਾਰਕ ਮੰਚ ਦੇ ਪ੍ਰਧਾਨ ਨੇ ਜੀ ਤੇ ਇਹ ਮੈਂ ਸਮਝਦਾ ਜਿਵੇਂ ਬੜਦਾ ਦੀ ਜੋੜੀ ਵਾਂਗੂੰ ਜੁੜ ਕੇ ਇਸ ਨੌਜਵਾਨ ਨੇ ਕੰਮ ਕੀਤਾ ਤੇ ਰੋਲ ਅਦਾ ਕਰ ਰਿਹਾ ਹਮਮ ਪਰਮਿੰਦਰ ਘਰੇਵਾਲ ਜੀ ਬੈਠੇ ਨੇ ਵਾਈਸ ਪ੍ਰਧਾਨ ਨੇ ਹਮੇਸ਼ਾ ਚਾਹੇ ਬਾਬਾ ਬੰਦਾ ਬਹਾਦਰ ਨੂੰ ਯਾਦ ਕਰੀਏ ਅੱਗੇ ਹੋ ਕੇ ਮੋਢੀ ਰੋਲ ਅਦਾ ਕਰਨ ਵਾਲੇ ਲੋਕ ਨੇ ਸਿਮੀ ਜੀ ਬੈਠੇ ਨੇ ਸਾਡੇ ਸਤਕਾਰਯੋਗ ਪ੍ਰਧਾਨ ਜੀ ਪਹਿਲਾ ਵਿੰਗ ਦੇ ਸਿਮੀ ਕੁਤਰਾਜੀ ਜਿਹੜੇ ਹਮੇਸ਼ਾ ਸਮਾਜ ਸੇਵਾ ਦਾ ਝੰਡਾ ਚੁੱਕ ਕੇ ਰਹਿੰਦੇ ਨੇ ਨਾਲ ਸਾਡੇ ਸਤਕਾਰਯੋਗ ਮੈਡਮ ਗਰਮੀਤ ਕੌਰ ਆਲੂ ਵਾਲੀਏ ਜੀ ਤੇ ਜਿਹੜੇ ਜਿੱਥੇ ਫਾਊਂਡੇਸ਼ਨਾਂ ਜੁੜੇ ਨੇ ਉੱਥੇ ਮੈਂ ਸਮਝਦਾ ਵੱਡਾ ਸਮਾਜ ਸੇਵਾ ਦੇ ਵਿੱਚ ਰੋਲ ਅਦਾ ਕਰਦੇ ਨੇ ਇਧਰ ਬੇਟੀ ਗੁਰਪ੍ਰੀਤ ਮੰਢਿਆਣੀ ਜੀ ਸਰਪੰਚ ਜਿਨ੍ਹਾਂ ਨੇ ਜਿੱਥੇ ਨਸ਼ਿਆਂ ਦੇ ਖਿਲਾਫ ਬੀੜਾ ਚੁੱਕਿਆ ਉੱਥੇ ਸਮਾਜ ਦੇ ਅੰਦਰ ਇੱਕ ਜਾਗਰੂਕਤਾ ਪੈਦਾ ਕਰਨ ਦੇ ਲਈ ਆਓ ਸਮਾਜਿਕ ਰੀਤੀਆਂ ਦੇ ਖਿਲਾਫ ਲੜਨਾ ਤੇ ਇੱਕ ਵੱਖਰੀ ਸੋਚ ਲੈ ਕੇ ਚੱਲਣਾ ਨਹੀਂ ਤਾਂ ਮੈਂ ਸਮਝਦਾ ਅਹੁਦੇਦਾਰ ਹੋਣਾ ਜਾਂ ਹੋਰ ਹੋਣਾ ਵੱਖਰੀ ਗੱਲ ਹੈ ਪਰ ਉਹਦੇ ਲਈ ਇੱਕ ਵੱਡਾ ਰੋਲ ਉਹਦਾ ਕਰਨਾ ਤੇ ਇਹ ਗੁਰਪ੍ਰੀਤ ਨੇ ਇੱਕ ਮੈਨੂੰ ਯਾਦ ਆ ਕੁਲਦੀਪ ਸਿੰਘ ਅਜੇ ਮੰਤਰੀ ਨੇ ਪੰਜਾਬ ਦੇ ਸਾਡੇ ਪੁਰਾਣੇ ਮਿੱਤਰ ਨੇ ਕਿਉਂਕਿ ਜਗਦੇਵ ਸਿੰਘ ਜਸਵਾਲ ਜੀ ਦੇ ਉਦੋਂ ਵੀ ਉਹ ਕੈਬਨਿਟ ਦੇ ਮੰਤਰੀ ਸੀ ਅਇ ਤੋਂ 25 ਸਾਲ ਪਹਿਲਾਂ ਵੀ ਹੁਣ ਵੀ ਮੰਤਰੀ ਸਰਕਾਰੀ ਤੌਰ ਤੇ ਨੇ ਉਦੋਂ ਪ੍ਰਾਈਵੇਟ ਤੌਰ ਤੇ ਸੀ ਪਲਦੀਪ ਸਿੰਘ ਤੇ ਉਹ ਉਹ ਵੀ ਸਾਡੇ ਮਿੱਤਰ ਨੇ ਉਹਨਾਂ ਨੇ ਮੈਨੂੰ ਬੜੀ ਅੱਛੀ ਉਹਨਾਂ ਦੀ ਸੋਚ ਲੱਗੀ ਕਿ ਮੈਡਮ ਨੂੰ ਫੋਨ ਕਰਕੇ ਵਧਾਈ ਦਿੱਤੀ ਤੇ ਕਰ ਗਏ ਵਧਾਈ ਦਿੱਤੀ ਇਹ ਜੇ ਅਸੀਂ ਜਿਹੜੇ ਲੋਕ ਸਮਾਜ ਨੂੰ ਹਲੂਣਾ ਦਿੰਦੇ ਨੇ ਸਮਾਜ ਦੇ ਅੰਦਰ ਅੱਛਾ ਰੋਲ ਅਦਾ ਕਰਦੇ ਨੇ ਅਗਰ ਉਹਨਾਂ ਨੂੰ ਅਸੀਂ ਸ਼ਾਬਾਸ਼ ਦੇਵਾਂਗੇ ਉਹਨਾਂ ਨੂੰ ਤਕੜੇ ਕਰਾਂਗੇ ਉਹਨਾਂ ਦਾ ਹੌਸਲਾ ਵਧਾਈ ਕਰਾਂਗੇ ਤਾਂ ਸਮਾਜ ਦੇ ਅੰਦਰ ਇੱਕ ਅੱਛਾ ਮੈਸੇਜ ਆਏਗਾ ਕਿਉਂਕਿ ਤੁਸੀਂ ਇਹ ਦੇਖੋ ਕੋਈ ਵੀ ਬੱਚਾ ਜਦ ਜਨਮ ਲੈਂਦਾ ਹੈ ਮਾਤਾ ਦੀ ਕੱਖੋਂ ਉਹ ਲੜਕੀ ਹੈ ਜਾਂ ਲੜਕਾ ਹੈ ਉਹਨੂੰ ਤਾਂ ਨਹੀਂ ਪਤਾ ਹੁੰਦਾ ਕਿ ਲੜਕੇ ਨੂੰ ਨਾ ਪਤਾ ਨਾ ਲੜਕੀ ਨੂੰ ਪਤਾ ਕਿ ਮੇਰੇ ਪੈਦਾ ਹੋਣ ਤੇ ਤਾਂ ਹਲਵਾਈ ਲੱਗ ਜਾਣੇ ਆ ਜੀ ਤੇ ਜੇ ਲੜਕੀ ਆ ਗਈ ਤਾਂ ਸੱਤਰ ਉਹ ਦਰਿਆ ਵਿੱਚ ਜਾਣੀ ਆ ਯਾਰ ਇੱਕ ਐਸਾ ਸਮਾਜ ਹੈ ਉਹ ਇਹ ਸਮਝਦੇ ਆ ਕਿ ਸ਼ਾਇਦ ਲੜਕੀ ਪੈਦਾ ਹੋਗੀ ਤਾਂ ਇੱਕ ਬੋਝ ਹੈ ਜਦ ਕੇ ਅੱਜ ਸਮਾਜ ਇੰਨਾ ਵੱਡਾ ਜਾਗਰੂਕ ਹੋ ਗਿਆ ਹੈ ਅੱਜ ਤੁਸੀਂ ਦੇਖੋ ਬੇਟੀਆਂ ਕਿਸੇ ਵੀ ਖੇਤਰ ਚ ਬੇਟੀਆਂ ਨਾਲੋਂ ਘੱਟ ਨਹੀਂ ਅੱਜ ਮੈਂ ਸਮਝਦਾ ਬੇਟੀਆਂ ਸਾਡੇ ਸਮਾਜ ਦਾ ਸਨਮਾਨਯੋਗ ਅੰਗ ਨੇ ਤੇ ਜਿੱਥੇ ਸਾਡਾ ਸਮਾਜ ਦਾ ਸਰਕਾਰ ਦਾ ਅਤੇ ਸਾਡਾ ਸਾਰਿਆਂ ਦਾ ਫਰਜ਼ ਬਣਦਾ ਹੈ ਬੀਟੀਆਂ ਦਾ ਮਹਿਫੂਜ਼ ਰਹਿਣਾ ਬੀਟੀਆਂ ਦਾ ਸਤਕਾਰ ਕਰਨਾ ਆ ਦੇਖੋ ਕਿੰਨਾ ਅੱਛਾ ਲੱਗਦਾ ਤੇ ਇੱਕ ਮੈਨੂੰ ਦੱਸ ਦਿਓ ਮੈਂ ਤੁਹਾਨੂੰ ਥੋੜੀ ਜਿਹੀ ਕਹਾਣੀ ਸੁਣਾਉਣਾ ਇੱਥੇ ਲੜਤੋਂ ਪਿੰਡ ਦੀ ਹੈ ਸਾਡੇ ਗੁਆਂਢ ਉਹ ਉਹ ਉਹਦਾ ਅਸੀਂ ਛੋਟੇ ਹੁੰਦੇ ਸੁਣਦੇ ਹੁੰਦੇ ਸੀ ਗੱਲ ਕਿ ਉਹ ਮਹਿੰਦਰ ਕੌਰ ਸੀ ਉਹਨਾਂ ਦਾ ਨਾਮ ਕਿ ਉਹਨਾਂ ਦੇ ਸੱਤ ਕੁੜੀਆਂ ਹੋਈਆਂ ਸੱਤੇ ਮਾਰ ਦਿੱਤੀਆਂ ਹੂੰ ਸੱਤੇ ਮਾਰ ਦਿੱਤੀਆਂ ਗਈਆਂ ਪੈਦਾ ਹੋਣ ਤੇ ਅੱਠਵੀਂ ਕੁੜੀਓ ਕਹਿੰਦੇ ਬੜੀ ਪਿਆਰੀ ਜੀ ਲੱਗਦੀ ਐ ਉਹ ਕੁੜੀ ਕਿਵੇਂ ਵੀ ਰੱਖ ਲਈ ਐਸੇ ਹਾਲਾਤ ਬਣੇ ਰਕਵੇ ਵਿਆਹੀ ਗਈ ਕੈਨੇਡਾ ਚਲੀ ਗਈ ਉਸ ਦੇ ਪੱਖੋਂ ਅੱਜ ਸਾਰਾ ਪੀਕਾ ਪਰਿਵਾਰ ਵੀ ਕੈਨੇਡਾ ਬੈਠਾ ਐ ਅੱਜ ਕਰੋੜਾਪਤੀ ਬਣੇ ਨੇ ਜੇ ਸਾਨੂੰ ਤਾਂ ਗੁਰੂ ਨਾਨਕ ਦੇਵ ਜੀ ਨੇ ਕਿਹਾ ਕਿ ਸੋ ਕਿਉ ਮੰਦਾ ਆਖ ਕੇ ਜਿੱਤ ਜਮੇ ਰਾਜਾ ਹੈ ਜਿਨ੍ਹਾਂ ਨੇ ਰਾਜਿਆਂ ਨੂੰ ਜਨਮ ਦਿੱਤਾ ਸੀ ਉਹਨੂੰ ਮਾੜਾ ਕਹੀਏ ਉਮੀਦ ਕਰਦੇ ਆਂ ਵੀ ਤੁਹਾਨੂੰ ਜ਼ਰੂਰ ਇਸ ਮੇਲੇ ਤੇ ਹਮ ਹਮਾ ਕੇ ਪਹੁੰਚਣਾ ਚਾਹੀਦਾ ਜਿੱਥੇ ਕੁੜੀਆਂ ਨੂੰ ਪਹਿਲ ਦਿੱਤੀ ਜਾਂਦੀ ਹੈ ਮਤਲਬ ਬਰਾਬਰਤਾ ਦਾ ਜਿਹੜਾ ਵਾ ਸੰਦੇਸ਼ ਬਾਬਾ ਜੀ ਹਮੇਸ਼ਾ ਹੀ ਔਰ ਬਾਪੂ ਜਸਵਾਲ ਦਿੰਦੇ ਰਹੇ ਨੇ ਉਹਨਾਂ ਦੇ ਰਾਹਾਂ ਤੇ ਪੂਰਨੇ ਪਾਉਣ ਦੀ ਔਰ ਚੱਲਣ ਦੀ ਲੋੜ ਹੈ ਮਿਲਦੇ ਆਪਾਂ ਲੋਹੜੀ ਤੇ 11 ਜਨਵਰੀ ਨੂੰ ਸਵੇਰੇ 11 ਵਜੇ ਤੋਂ ਆਥਨੇ ਜਿੰਨੇ ਵੇ ਤੱਕ ਸੰਗਤਾਂ ਚ ਆਉਣਗੇ ਤੇ ਉਹ ਮੇਲਾ ਚੱਲੇਗਾ ਲੁਧਿਆਣੇ ਦੇ ਵਿੱਚ ਇਹ ਮੇਲਾ ਹੈ ਜੀ ਮੈਨੂੰ ਪਿਛਲੀ ਵਾਰੀ ਕੌਲਾਂ ਆਈਆਂ ਇਸ ਕਰਕੇ ਫੈਸਲਾ ਲਿਆ ਮੰਚ ਨੇ ਕਿ ਅਸੀਂ ਮੇਲਾ ਇੰਡੋਰ ਕਰਾਂਗੇ ਗੁਰੂ ਨਾਨਕ ਦੇ ਪਵਨ ਚ ਹੋ ਰਿਹਾ ਤਾਂ ਕਿ ਕਿਸੇ ਬੇਟੀ ਨੂੰ ਠੰਡ ਬਣਾ ਲੱਗੇ ਸਰੋਂ ਦਾ ਸਾਗ ਬਰੈਡ ਪਕੌੜੇ ਚਾਹ 커피 ਸਾਰਾ ਕੁਝ ਲਾਵਾਂਗਾ ਸਾਰਾ ਕੁਝ ਹੀ ਚੱਲਣਾ ਕਿ ਜੀ ਆ ਵੀ ਅੱਖਾਂ ਨੂੰ ਵੀ ਦੇਖਣ ਨੂੰ ਕੁਝ ਮਿਲੂ ਕੰਨਾਂ ਨੂੰ ਵੀ ਸੁਣਨ ਨੂੰ ਮਿਲੂ ਮੂੰਹ ਨੂੰ ਵੀ ਖਾਣ ਨੂੰ ਮਿਲ ਤੇ ਦਿਮਗ ਨੂੰ ਸਕੂਨ ਦੇਣ ਵਾਲੀ ਚੀਜ਼ ਬਿਲਕੁਲ ਕੀ ਬਾਤ ਹੈ ਫੇਸ ਕਰਦੇ ਰਹੇ ਆ ਨਾ ਕਿ ਇਹ ਜਿਹੜਾ ਲੜਕੀਆਂ ਨੂੰ ਅੱਗੇ ਵਧਣ ਹੀ ਨਹੀਂ ਦਿੱਤਾ ਗਿਆ ਵਿਆਹ ਤੋਂ ਬਾਅਦ ਵੀ ਉਹਨਾਂ ਨੂੰ ਅੰਦਰ ਹੀ ਰੱਖਿਆ ਗਿਆ ਤੇ ਉਹ ਅੱਜ ਦਾ ਟਾਈਮ ਜਿਹੜਾ ਚੇਂਜ ਹੋ ਚੁੱਕਿਆ ਹੈ ਉਸ ਤਰਫ ਸਾਡਾ ਇੱਕ ਸਜੇ ਕਦਮ ਉਹ ਮਾਤਾ ਜੀ ਇੱਕ ਉਹ ਮਾਨਕ ਸਿੰਘ ਸਾਹਿਬ ਦੀ ਮੈਨੂੰ ਗੱਲ ਯਾਦ ਆ ਗਈ ਵੀ ਤੇ ਇੱਕ ਬੁੜੀ ਜ਼ਰੂਰ ਹੁੰਦੀ ਆ ਪ੍ਰਾਣੀ ਹਨਾ ਘਰ ਦੇ ਵਿੱਚ ਤੇ ਉਹਦਾ ਕਹਿਣਾ ਹੁੰਦਾ ਵੀ ਮਤਲਬ ਹਾਂ ਇੱਕ ਹੋਰ ਕੁੜੀ ਆ ਗਈ ਹਰ ਇੱਕ ਦੀ ਆਪਣੀ ਆਪਣੀ ਸੋਚ ਆ ਹੂੰ ਉਹ ਜਿਸ ਸੋਚ ਨਾਲ ਉਹ ਜੇ ਨਾ ਵਾਪਰੀ ਆ ਉਹਦੇ ਮਨ ਚ ਉਹ ਖੁੰਦਕਾ ਹੁੰਦੀਆਂ ਨੇ ਇਹ ਸੋਚ ਹੀ ਵਿਚਰ ਕੇ ਅੱਗੇ ਆਉਂਦੀ ਆ ਪਹਿਲਾ ਦੀ ਖਾਇਆ ਬਈ ਵਾਦੇ ਕੇ ਨਹੀਂ ਅਸੀਂ ਬੋਲਣਾ ਅਸੀਂ ਵੱਡੇ ਆਕਰਾਂ ਦੀਆਂ ਜਾਇਆ ਬਈ ਵਾਦੇ ਕੇ ਨਹੀਂ ਅਸੀਂ ਬੋਲਣਾ ਕੀ ਵਾਦਾ ਅਸੀਂ ਵੱਡਿਆਂ ਘਰਾਂ ਦੀਆਂ ਜਾਇਆ ਤੇ ਇਹ ਵੀ ਔਰਤਾਂ ਦੇ ਬੋਲ ਨੇ ਤੇ ਤੁਸੀਂ ਸੁਣੇ ਆਓ ਇੱਕ ਵਧੀਆ ਸਮਾਸਿਰ ਜੀ ਔਰ ਮੇਲੇ ਤੇ ਪਹੁੰਚੀ ਹੋਮ ਹੋਮ ਆ ਕੇ ਮਿਲਦੇ ਆ ਜੀ 11 ਜਨਵਰੀ ਨੂੰ ਗੁਰਨਾਨਕ ਭਵਨ ਲੁਧਿਆਣਾ ਵਿਖੇ ਇਹ ਮੇਲਾ ਲੱਗਣਾ ਤੇ ਧੰਨਵਾਦ ਜੀ ਮਿਲਦੇ ਆ ਅਗਲੀ ਵੀਡੀਓ ਦੇ ਵਿੱਚ ਰਮੋ ਟੀਵੀ ਦੇ ਉੱਤੇ ਤੇ ਮੈਂ ਤੇ ਯਾਰ ਮੇਰਾ ਸਾਥੀ ਜਾਂਚੂ ਵੇਦਾ ਲੈਣੇ ਆ ਖੇਮਾ ਦੇ ਜੱਜ ਕਾ ਜੇ ਕੁਝ ਵੱਧ ਘੱਟ ਬੋਲੇ ਗਏ ਧੰਨਵਾਦ